ਹਾਏ, ਇਹ ਤਾਂ ਮੈਨੂੰ ਆਂਦਾ ਹੈ ਉੱਚਾ ਨੀਵਾਂ ਨਾ ਬੋਲੀ। ਉੱਠ ਕੇ ਤੇ ਨਲ ਕੇ ਤੋਂ ਹੱਥ ਵੀ ਨਹੀਂ ਧੋ ਸਕਦੀ। ਇੱਥੇ ਇੱਥੇ ਨੁੱਕਰਾਂ 'ਚ ਲੱਗ ਕੇ ਖਲੋਣ ਨਾਲ ਇਹਨਾਂ ਨੂੰ ਗੁਰਦੁਆਰੇ ਘੱਲਿਆ ਕਰ ਰੋਜ਼। ਨਵੀਂ ਬੜਾ ਪਿਆ ਗੋਦੀ 'ਚ, ਕੀ ਗੱਲ ਖੇਡਿਆ? ਕੋਈ ਨਾ ਹੁੰਦੀ ਆ, ਬੜਾ ਸੁੱਤਾ ਹੋ, ਕੀ ਗੱਲ? ਹੋਰ ਠੀਕ ਆ? ਚਾਹ ਪਾਣੀ ਪੀ ਲਿਆ ਵਾ? ਹਾਂਜੀ ਬਾਬਾ, ਚਾਹ ਪਾਣੀ ਤੇ ਪੀ ਲਿਆ। ਭੈਣ ਤੁਹਾਡੀ ਤੇ ਚਾਹ ਜਿਹੜੀ ਉਹ ਨਹੀਂ ਪਸੰਦ ਆਈ, ਆਂਦੀ ਉਹ ਚੁੱਲ੍ਹੇ ਦੀ ਚਾਹ ਧੂਆ ਪਿਆ ਵਿੱਚ, ਮੇਰੇ ਨੀ ਇਹ ਚੰਗੀ ਲੱਗਦੀ, ਮਨ ਪਸੰਦ ਨਹੀਂ ਆ ਮੇਰੀ। ਅੱਛਾ, ਉਹ ਫਿਰ ਵਧੀਆ ਚਾਹ ਪੀਂਦੇ ਨਾ ਸਿਲੰਡਰ ਤੇ, ਇਹ ਫਿਰ ਕਿੱਥੋਂ ਪਸੰਦ ਹੋਣੀ। ਚੱਲ ਆਪੇ ਦੋ ਚਾਰ ਦਿਨ ਪੀਊਗੀ ਤੇ ਠੀਕ ਹੋ ਜਾਣਾ ਉਹਨੇ। ਮੈਂ ਤੇ ਆਖਿਆ ਸੀ ਜਦੋਂ ਦੋ ਤਿੰਨ ਵਾਰ ਤੁਸੀਂ ਚਾਹ ਪੀਤੀ ਨਾ, ਤੂੰ ਇਹ ਧਾਵੇਂ ਦੀ ਸਮੈਲ ਸਭ ਨਿਕਲ ਜਾਣੀ, ਆਪੇ ਆਤ ਆਸਤੇ ਆਸਤੇ ਬਣ ਜਾਣੀ। ਚਲੋ ਇਹ ਤੇ ਇੱਦਾਂ ਹੀ ਆ, ਹੁਣ ਸਾਨੂੰ ਤੇ ਨੀਗਾ ਪਤਾ ਲੱਗਦਾ ਵੀ ਸਮੈਲ ਆਉਂਦੀ ਆ ਕਿ ਨਹੀਂ ਆਉਂਦੀ, ਆਪਾਂ ਤੇ ਆਪਣਾ ਪੀ ਲਈਦੀ ਚੁੱਪ ਕਰਕੇ ਜਿੱਦਾਂ ਦੀ ਹੋਵੇ। ਅਸੀਂ ਤੇ ਹੁਣ ਗਿੱਜੇ ਆ, ਸਾਨੂੰ ਤੇ ਪੀਣੀ ਪੈਣੀ। ਮੈਂ ਗਈ ਕਿੱਥੇ ਭੈਣ, ਗਈ ਕਿੱਥੇ ਹੁਣ? ਪਰ ਹੁਣ ਅਸੀਂ ਕੀ ਕਰ ਸਕਦੇ ਆ, ਪੈਸੇ ਦਾ ਵੀ ਵੇਖਣਾ ਪੈਣਾ, ਹਿਸਾਬ ਕਿਤਾਬ ਖਰਚੇ ਤੇ ਅੱਗੇ ਨਹੀਂ। ਚੱਲ ਉਹਦੇ ਸਾਹਮਣੇ ਨਾ ਕੋਈ ਗੱਲਬਾਤ ਕਰੀ, ਉਹਦੇ ਸਾਹਮਣੇ ਮੈਂ ਗੱਲਬਾਤ ਕੀ ਕਰਨੀ? ਆਪੇ ਇੱਕ ਦੋ ਦਿਨ ਖਾਊਗੀ ਤੇ ਆਪੇ ਉਹਨੇ ਗਿੱਜ ਜਾਣਾ ਵਾ, ਇਹ ਤੇ ਗੱਲ ਹੈਗੀ। ਹੈ ਕਿ ਨਹੀਂ ਮੰਨਦਾ? ਆਪਾਂ ਉਹਨੂੰ ਕਵਾਂਗੇ ਤੇ ਮੁੜ ਕੇ ਬੰਦਾ ਬੁਰਾ ਲੱਗਦਾ ਵਾ। ਹਾਂਜੀ ਪਾਪਾ, ਕਿਉਂ ਉਹ ਤੇ ਪਰੋਣੇ ਆਏ, ਹੁਣ ਦੋ ਚਾਰ ਦਿਨ ਰਹਿਣ ਉਹਨਾਂ ਦਾ ਤੇ ਹੋਣੇ ਰਹਿਣਾ, ਉਹਨੇ ਦੱਸ ਦੇਣੀ ਆ। ਚੱਲ ਆ ਗਈ, ਹੁਣ ਨਾ ਗੱਲ ਕਰੀ ਕੋਈ। ਆ ਗਏ ਵੀਰ? ਆ ਗਏ, ਜਾ ਕੇ ਬਹਿ ਜਾ। ਕਿੱਦਾਂ ਦਾ ਲੱਗਾ ਘਰ ਬਾਰ ਤੁਹਾਨੂੰ? ਚੰਗਾ ਵਾ ਘਰ ਬਾਰ ਤੇ, ਵਧੀਆ ਵਾ। ਆਹ ਇਹ ਥੋੜਾ ਸਾਫ ਸੁਥਰਾ ਵਾ, ਨਾਲੇ ਅੱਡਾ ਲਾਗੇ ਪੈਂਦਾ, ਮੇਨ ਰੋਡ ਲੰਘਦਾ ਨਾ ਹੋਵੇ ਨਾ। ਕਹਿੰਦੇ ਹੁੰਦੇ ਆ ਵੀ ਨਾ ਵੀ ਚੰਗਾ ਹੋਵੇ ਤੇ ਚੰਗਾ ਕਰਕੇ ਬਹਿਣਾ ਪੈਂਦਾ। ਆ ਇਹ ਤੇ ਗੱਲ ਹੈਗੀ ਆ। ਮਾਨਸ ਜਾ, ਮੇਰਾ ਪੁੱਤ ਬੈਗ ਦੇ ਵਿੱਚ ਨਾ ਮੈਂ ਚੂੜੀਆਂ ਲੈ ਕੇ ਆਈ ਤੇਰੇ ਲਈ, ਲੈ ਆ। ਚੂੜੀਆਂ? ਆਹੋ, ਮੇਰਾ ਜੇ ਕੀਤਾ, ਮੈਂ ਚੱਲ ਲੈ ਚੱਲਦੀ ਆ, ਲੈ ਆਉਣੀ। ਚਲੋ ਤੁਸੀਂ ਕਰੋ ਗੱਲਾਂ ਬਾਤਾਂ ਨਨਾਣ ਭਰਜਾਈ, ਤੇ ਮੈਂ ਇੱਥੇ ਹੀ ਆ, ਕੋਈ ਨੀ ਆ ਗਿਆ ਮੈਂ। ਚੱਲ ਠੀਕ ਆ। ਚੂੜੀਆਂ ਭੈਣ ਜੀ ਇਹਨੇ ਕੀ ਕਰਨੀਆਂ ਸੀ, ਪਾਉਂਦੀ ਤੇ ਹੈ ਨੀ। ਚੱਲ ਕੁੜੀਆਂ ਨੂੰ ਸੌਂਕ ਹੀ ਹੁੰਦਾ ਵਾ ਕੇ ਮਾੜਾ ਮੋਟਾ ਕਿਤੇ, ਹੁਣ ਹੀ ਘੱਟ ਗਿਆ ਵਾ ਕੁੜੀਆਂ ਦੇ ਵਿੱਚ ਇਹ ਚੀਜ਼ ਦਾ ਹੁਨਰ, ਨਹੀਂ ਤੇ ਪਹਿਲਾਂ ਤੇ ਆਪਣਾ ਕੱਚ ਦੀਆਂ ਚੂੜੀਆਂ ਕਹਿਰ ਕੁੜੀਆਂ ਪਾਉਂਦੀਆਂ। ਨਹੀਂ ਆ ਵਾਲੀਆਂ ਚੂੜੀਆਂ? ਆਹੋ ਲਿਆ ਪੁੱਤ, ਵੇ ਤੈਨੂੰ ਮੇਚੇ ਆ ਵੀ ਜਾਣਗੀਆਂ। ਆ ਕਿੱਡੀਆਂ ਸੋਹਣੀਆਂ ਲੱਗਦੀਆਂ, ਕੁੜੀਆਂ ਹਟ ਹੀ ਗਈਆਂ ਪਾਉਣੋ ਹੁਣ ਤੇ। ਨਵੀ ਆ ਜਾ ਤੂੰ ਵੀ, ਤੂੰ ਸਾਈਡ ਜੇ ਤੇ ਬੈਠਾ। ਇਹ ਤੇ ਐ ਜਿੱਦਾਂ ਅੱਜ ਠੀਕ ਨੀ ਲੱਗਣ ਡਿਆ ਮੈਨੂੰ, ਓਦਾਂ ਹੀ ਪਤਾ ਨੀ ਕਿਉਂ ਸਮੋਸਿਆ ਜਿਹਾ ਅੱਜ। ਸਮੋਸਿਆ ਨੀ ਆ, ਧੁੱਪੇ ਸਾਵੇਂ ਕੰਮ ਕਰਨ ਤੁਸੀਂ ਡਾਹੀ ਛੱਡਦੇ ਨਿਆਣਿਆਂ ਨੂੰ। ਚੱਲ ਭੈਣ ਜੀ ਛੱਡੋ, ਹੁਣ ਇਹ ਦੱਸੋ ਰਾਤ ਦੀ ਰੋਟੀ ਬਣਾਉਣੀ ਆ, ਕੀ ਖਾਓਗੇ? ਦਾਲ ਸਬਜ਼ੀ? ਦਾਲ ਸਬਜ਼ੀ ਆਉਂਦਾ ਭਾਈ ਇੱਥੇ ਸਬਜ਼ੀ ਵਾਲਾ? ਭਾਈ ਤੇ ਨੀ ਕੋਈ ਆਉਂਦਾ, ਅੱਡੇ 'ਚ ਲਿਆਉਣੀ ਪੈਣੀ ਜਾ ਕੇ। ਚੱਲ ਵੇਖ ਲਓ ਤੁਸੀਂ ਜੋ ਖਾਓਗੇ ਉਹਦੇ ਨਾਲ ਮੈਂ ਖਾ ਲੂੰਗੀ। ਅਸੀਂ ਤੇ ਭੈਣ ਜੀ ਇੱਦਾਂ ਹੀ ਸਾਰ ਲੈਣਾ ਵਾ, ਤੁਹਾਡੇ ਜੋਗੀ ਮੰਗਾ ਲੈਣੀ ਕੋਈ ਚੀਜ਼। ਚੱਲ ਮੰਗਾ ਲਾ ਫਿਰ, ਰੋਟੀ ਤਾਂ ਖਾਧੇ ਤੋਂ ਬਿਨਾ ਕੀ ਆਂਦੇ ਹੁੰਦੇ, ਨੀਂਦ ਵੀ ਨਹੀਂ ਆਉਂਦੀ। ਮੰਗਾ ਲੈਣੇ ਨਵੀਂ।
ਜਾ ਅੱਛਾ ਥੋੜੀ ਬਹੁਤੀ ਸਬਜ਼ੀ ਫੜ ਕੇ ਲਿਆ। ਕਿਹੜੀ ਸਬਜ਼ੀ ਪੂਰੀ ਲੈ ਗਿਆ ਵਾ? ਵਲ ਵਾਲੀਆਂ ਤੋਰੀਆਂ ਪੁੱਤ ਜੇ ਮਿਲਣਗੀਆਂ ਨਾ ਉਹ ਲੈ ਆਵੀ। ਕੋਈ ਮੈਨੂੰ ਤੇ ਤੋਰੀਆਂ ਪਸੰਦ ਹੀ ਨਹੀਂ ਆ। ਕੋਈ ਆ ਤੋਰੀਆਂ ਕਿੱਥੋਂ ਆਈਆਂ? ਪੁੱਤ ਤੈਨੂੰ ਨਹੀਂ ਪਸੰਦ ਤੇ ਚੱਲ ਕੋਈ ਗੱਲ ਨਹੀਂ, ਜੋ ਤੁਹਾਡੀ ਪਸੰਦ ਉਹ ਮੰਗਾ ਲਓ ਫਿਰ, ਮੈਂ ਤਾਂ ਖਾ ਹੀ ਲੈਣੀ, ਮੇਰਾ ਕੀ ਆ। ਕੋਈ ਆ ਕੋਈ ਨਹੀਂ, ਕੋਈ ਤੂੰ ਕਹਿੰਨੀ ਆ ਤੇ ਫਿਰ ਅੱਜ ਖਾ ਲਾਂਗੇ। ਕੋਈ ਆ ਚੂੜੀਆਂ ਕਿੱਥੋਂ ਆਈਆਂ? ਚੂੜੀਆਂ ਪੁੱਤ ਮੈਂ ਆਉਣ ਡਈ ਸੀਗੀ ਤੇ ਰਾਹ ਚ ਮੈਨੂੰ ਭਾਈ ਦਿਖਿਆ ਤੇ ਮੈਂ ਮਾਨਤਲੀ ਲੈ ਆਈ। ਤੇ ਮੇਰੇ ਲਈ ਕੰਮ ਨਹੀਂ ਲੈਂਦਾ? ਪੁੱਤ ਮੈਂ ਕੀ ਕਰਨਾ ਸੀਗਾ, ਮੇਰੇ ਕੋਲ ਟਾਈਮ ਹੀ ਹੈ ਨਹੀਂ ਸੀ ਬੱਸ ਚ ਉਤਰਨ ਦਾ, ਭਰਾ ਤੇਰਾ ਤੇ ਨਾਲ ਨਹੀਂ ਆਇਆ ਮੋਟਰਸਾਈਕਲ ਤੇ ਆਉਂਦਾ, ਤੇ ਫਿਰ ਮੈਂ ਤੇਰੇ ਲਈ ਵੀ ਉਹ ਖਰੀਦ ਲਿਆਉਂਦੀ। ਚੱਲ ਕੋਈ ਨੀ ਪੁੱਤ, ਇੱਥੋਂ ਮੈਨੂੰ ਕੋਈ ਨੀ, ਮੈਂ ਲੈ ਦੂ ਕੋਈ ਚੀਜ਼। ਜਾ ਲੈ ਕੇ ਆ ਹੁਣ ਤੂੰ ਸਬਜ਼ੀ ਲੈ ਕੇ ਆ। ਚੱਲ ਭੈਣ ਜੀ ਤੁਸੀਂ ਬਹਿ ਜਾਓ ਤੇ ਮੈਂ ਉਹਨਾਂ ਚਿਰ ਤਿਆਰੀ ਕਰਾਂ। ਚੱਲ ਕਰ ਲਾ। ਏਦਾਂ ਕਰ, ਅੱਗ ਬਾਲਣ ਲੱਗਿਆ ਨਾ ਪਹਿਲਾਂ ਰੇਣੀ ਨੂੰ ਬਲ ਲੈਣ ਦੇਈਦਾ ਹੋਈਦਾ ਵਾ, ਧੂੰ ਤਾਂ ਵਸ ਰਿਹਾ ਨਿਕਲ ਜਾਵੇ, ਚੱਜ ਸਵਾਦ ਨਾਲ ਜਦੋਂ ਅੱਗ ਬਲਦੀ ਆ ਨਾ ਫਿਰ ਨੀ ਵਿੱਚੋਂ ਸਮੈਲ ਆਉਂਦੀ, ਉਸ ਹਿਸਾਬ ਨਾਲ ਤੜਕਾ ਲਾਵੀ। ਚੱਲ ਭੈਣ ਜੀ ਜਿੱਦਾਂ ਤੂੰ ਕਹੂੰ ਓਦਾਂ ਲਾ ਦੂ ਤੜਕਾ। ਤੁਸੀਂ ਕਰੋ ਭੂਆ ਭਤੀ ਗੱਲਾਂ। ਹੋਈ ਦੱਸ ਪੁੱਤ, ਤੁਸੀਂ ਤੇ ਤੋਰੀਆਂ ਮੰਗਾ ਲਈਆਂ ਵਾ ਤੇ ਆਪਾਂ ਤੇ ਕਦੀ ਤੋਰੀਆਂ ਖਾਧੀਆਂ ਨਹੀਂ, ਆਪਾਂ ਤੇ ਦਾਲ ਤੇ ਗਿੱਜੇ ਆ। ਹਾਏ ਕਦੀ ਤੋਰੀਆਂ ਨਹੀਂ ਖਾਧੀਆਂ ਤੁਸੀਂ? ਨਹੀਂ ਭੂਈ ਮੇਰਾ ਨਹੀਂ ਜੀ ਕਰਦਾ, ਜਦੋਂ ਦੇ ਇੱਥੇ ਆਏ ਨਾ ਆਪਾਂ ਦਾਲ ਹੀ ਖਾਂਦੇ ਆ। ਚੱਲ ਦਾਲ ਖਾਂਦੇ ਤਾਂ ਅੱਜ ਮੇਰਾ ਕਰਕੇ ਤੋਰੀਆਂ ਖਾ ਲਈ। ਨਹੀਂ ਭੂਈ ਦਾਲ ਖਾਂਦੇ, ਨਵੀ ਨੂੰ ਆਵਾਜ਼ ਮਾਰ ਲੋ। ਮਾਰ ਲਾ ਪੁੱਤ, ਪਰ ਮੇਰਾ ਨਹੀਂ ਉਹ ਦਾਲ ਨੂੰ ਜੀ ਕਰਦਾ, ਤੇ ਮੈਂ ਸਹੀ ਗੱਲ ਦੱਸਾਂ ਵੇਲੇ ਪੁੱਤ ਸਾਨੂੰ ਦਾਲ ਨਹੀਂ ਖਾਣੀ ਚਾਹੀਦੀ, ਸਾਨੂੰ ਆਪਣੇ ਬਾਰੇ ਪਤਾ ਹੋਣਾ ਚਾਹੀਦਾ। ਰਾਤ ਨੂੰ ਦਾਲ ਖਾਣ ਦੇ ਨਾਲ ਨਾ ਜਿਹੜਾ ਪ੍ਰੋਟੀਨ ਆ ਨਾ ਪੂਰੀ ਤਰ੍ਹਾਂ ਹਜਮ ਨਹੀਂ ਹੁੰਦਾ ਸਰੀਰ ਦੇ ਵਿੱਚ, ਤੇ ਜਿਹੜਾ ਯੂਰੀਆ ਵੱਧਦਾ ਵਾ ਨਾ ਇਹ ਸਾਰੀ ਇਹਦੀ ਦੇਣ ਹੀ ਆ। ਵੀ ਆ ਹੀ ਗਿਆ ਉਹ ਸਬਜ਼ੀ ਵਾਲਾ ਨਹੀਂ ਹੈਗਾ? ਸਬਜ਼ੀ ਵਾਲਾ ਨਹੀਂ ਹੈਗਾ? ਸਾਰੇ ਚਲ ਗਏ। ਲੈ ਦੱਸ, ਉਹੀ ਦਾਲ ਹੀ ਖਾ ਲੈਨੇ ਆ, ਬਾਣਾ ਖੇਡਣ ਖਾਣਾਂਗੇ ਤੋਰੀਆਂ। ਉਹੀ ਦਾਲ ਹੀ ਖਾ ਲੈਨੇ ਆ ਫਿਰ ਅੱਜ। ਚੱਲ ਪੁੱਤ ਤੁਸੀਂ ਖਾ ਲਓ, ਤੁਸੀਂ ਗਿੱਜੇ ਆ ਖਾਣ। ਮੈਂ ਤੈਨੂੰ ਸਹੀ ਗੱਲ ਦੱਸਾਂ, ਮੈਂ ਰਾਤ ਕਦੀ ਦਾਲ ਨਹੀਂ ਖਾਧੀ, ਆ ਜਿਹੜਾ ਯੂਰੀਆ ਵੱਧਦਾ ਨਾ ਇਹ ਰਾਤ ਦਾਲ ਖਾਣ ਦੀ ਇਹਦੀ ਦੇਣੀ ਆ ਸਾਰੀ। ਆਮ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਰਾਤ ਨੂੰ ਦਾਲ ਖਾਈਏ ਤੇ ਪੂਰੀ ਤਰ੍ਹਾਂ ਹਜਮ ਨਹੀਂ ਹੁੰਦੀ, ਪ੍ਰੋਟੀਨ ਹੁੰਦਾ ਵਾ। ਚੱਲ ਅੱਜ ਫਿਰ ਕੋਈ ਖਾ ਲੈ। ਚੱਲ ਪੁੱਤ ਤੁਸੀਂ ਇਦਾਂ ਕਰੋ, ਪਹਿਲਾਂ ਮੇਰੀ ਗੱਲ ਸੁਣ, ਕੋਈ ਸਾਨੂੰ ਕੋਈ ਬਰਗਰ ਬੁਰਗਰ ਹੀ ਖਵਾ ਦੇ ਜੇ ਤੂੰ ਆਈ ਆ ਤੇ। ਮੇਰੀ ਸੁਣ ਗੱਲ, ਬਾਹਰ ਕਿੱਦਾਂ ਦੇ ਤੇਲ ਵਾ ਤੈਨੂੰ ਪੁੱਤ ਕੁਛ ਪਤਾ ਇਹਦੇ ਬਾਰੇ? ਇੱਕੋ ਤੇਲ ਨੂੰ ਬਾਰ ਬਾਰ ਕਾੜੀ ਜਾਂਦੇ ਤੇ ਉਹਦੇ ਵਿੱਚ ਕੱਢ ਕੱਢ ਕੇ ਤਲ ਤਲ ਕੇ ਦੇਈ ਜਾਂਦੇ ਚੀਜ਼ਾਂ। ਮੈਂ ਪੁੱਤ ਸਵੇਰੇ ਤੈਨੂੰ ਨਾ ਡੋਸੇ ਬਣਾਉਣੇ ਸਿਖਾ ਲੂੰਗੀ ਵੀ ਕਿੱਦਾਂ ਬਣਾਈਦੇ ਆ। ਕੋਈ ਡੋਸਾ ਉਹ ਕੀ ਹੁੰਦਾ ਵਾ? ਨਾਲੇ ਪੁੱਤ ਨਾਲੇ ਸਿੱਖੀ ਤੇ ਨਾਲੇ ਖਾਵੀ ਤੇ ਨਾਲੇ ਦੱਸੀ, ਬਰਗਰ ਜਿਹੜੇ ਆ ਨਾ ਇਹ ਨਹੀਂ ਕਿ ਖਾਣੇ ਚੰਗੇ ਹੈਗੇ। ਮੈਂ ਤੇ ਕੋਈ ਕਦੇ ਡੋਸਾ ਖਾਧਾ ਹੀ ਨਹੀਂ ਨਾ ਹੀ ਮੈਂ ਵੇਖਿਆ ਵਾ। ਚੱਲ ਕੋਈ ਨਹੀਂ ਪੁੱਤ, ਮੈਂ ਤੈਨੂੰ ਸਵੇਰੇ ਬਣਾਉਣੇ ਸਿਖਾ ਲੂੰਗੀ, ਨਾਲੇ ਆਪਣੇ ਹੱਥਾਂ ਦਾ ਤੇਰਾ ਹੁਨਰ ਹੋਊਗਾ ਨਾ ਖੁਦ ਵੀ ਬਣਾਵੇਂਗੀ, ਤੇ ਜਿੱਦਣ ਕਿਤੇ ਤੇਰੇ ਘਰੇ ਨਹੀਂ ਰੋਟੀ ਬਣਾਉਣ ਨੂੰ ਜੀ ਕਰਦਾ ਇਹ ਚੀਜ਼ਾਂ ਬਣਾ ਕੇ ਖਾ ਸਕਦੇ ਤੁਸੀਂ, ਨਾਲੇ ਉਹਦਾ ਸਵਾਦ ਵੀ ਵੱਖਰਾ ਹੁੰਦਾ ਵਾ। ਠੀਕ ਆ ਭੂਈ, ਫਿਰ ਮੈਨੂੰ ਤੁਸੀਂ ਜ਼ਰੂਰ ਬਣਾਉਣਾ ਸਿਖਾਇਓ। ਚੱਲ ਠੀਕ ਆ ਮਾਵਾ, ਧੀਆ ਪੁੱਤ ਬਣਾਓ ਸਬਜ਼ੀ ਤੇ ਮੈਨੂੰ ਪਰ ਚਾਰ ਨਾਲ ਰੋਟੀ ਦੇ ਦਿਓ, ਮੈਂ ਦਾਲ ਨਹੀਂ ਰਾਤ ਨੂੰ ਖਾਣੀ। ਠੀਕ ਆ ਭੂਈ ਦੇ ਦਾਂਗੇ। ਹਾਂ ਵਾਹਿਗੁਰੂ। ਮੈਂ ਇਹੋ ਜਿਹੇ ਸੱਕ ਸੁੱਕ ਜੇ ਇਕੱਠੇ ਕਰ ਛੱਡਿਆ ਕਰਨਾ, ਮੇਰੇ ਕੋਲ ਬਾਲਣ ਦੇ ਕੰਮ ਆ ਜਾਂਦੇ, ਅੱਗ ਵਧੀਆ ਬਲਦੀ ਆ। ਉਹ ਜਿਹੜਾ ਥਾਂ ਜੀ ਦਾ ਉਹ ਕਰ ਲੈਂਦੇ ਆ ਸੱਕ ਤੇ ਇਕੱਠੇ। ਅੱਛਾ ਮੈਂ ਹਾਂ, ਇੱਕ ਤੇ ਭੈਣ ਜੀ ਕਹਿੰਦੀ ਮੈਂ ਨਹੀਂ ਉਹ ਦਾਲ ਖਾਣੀ ਰਾਤ ਨੂੰ। ਅੱਛਾ ਕੋਈ ਸਬਜ਼ੀ ਲੈ ਕੇ ਆਓ। ਸਬਜ਼ੀ ਤੂੰ ਕਹੀ ਵੀ ਭਾਈ ਨਹੀਂਗਾ ਇੱਥੇ ਆਉਂਦਾ? ਉਹ ਤੇ ਨਵੀਂ ਨੂੰ ਘੱਲਿਆ ਸੀ, ਨਵੀਂ ਆਂਦਾ ਪੂਰੀ ਭਾਈ ਨਹੀਂ ਆਉਂਦਾ ਇੱਥੇ। ਅੱਛਾ ਤੇ ਇੱਕ ਉਹ ਆਪਣੇ ਆਂਦੀ ਆ ਕਿ ਮੈਂ ਦਾਲ ਸਬਜ਼ੀ ਚੁੱਲ੍ਹੇ ਦੀ ਵੀ ਨਹੀਂ ਬਣੀ ਖਾਣੀ। ਤੁਸੀਂ ਬਣਾਓ, ਹਾਂ ਆਪੇ ਖਾ ਲੈਣੀ ਜਦੋਂ ਰਾਤ ਨੂੰ ਭੁੱਖ ਲੱਗੀ।
ਕਿੱਥੋਂ ਲਿਆਵਾਂ ਮੈਂ ਇਸ ਵੇਲੇ ਤੇ ਕੁਛ ਨਹੀਂ ਗਾ ਮਿਲਣਾ। ਉਹੀ ਤੇ ਗੱਲ ਆ, ਵੇਖ ਲਓ ਕਰਦੀ ਉਹ ਏਦਾਂ ਕੰਮ ਪੁੱਠੇ ਹੀ ਆ। ਹੁਣ ਕੁੜੀ ਲਈ ਚੂੜੀਆਂ ਲੈ ਕੇ ਆਈ ਤੇ ਮੁੰਡਾ ਉਧਰ ਆ ਪਿੰਡ ਆ, ਉਹਲੀ ਵੀ ਕੁਛ ਲਿਆਉਂਦੀ। ਕੁੜੀ ਲਈ ਚੂੜੀਆਂ ਲੈਂਦੀਆਂ? ਆਹੋ। ਮੁੰਡੇ ਲਈ ਨਹੀਂ ਲਿਆਂਦਾ ਕੁਛ ਵੀ? ਉਹਲੀ ਨੀ ਕੁਛ ਵੀ ਲੈ ਕੇ ਆਈ, ਉਹ ਤੇ ਆਪ ਕਦੀ ਇੱਧਰ ਨੂੰ ਮੂੰਹ ਵੱਟ ਕੇ ਤੇ ਕਦੀ ਇੱਧਰ ਨੂੰ ਤੁਰਿਆ ਫਿਰਦਾ। ਚੱਲ ਕੋਈ ਨੀ, ਉਹਨੂੰ ਮਾੜੀ ਚੰਗੀ ਚੀਜ਼ ਆਪਾਂ ਲੈ ਦਾਂਗੇ ਕਿਤੇ। ਉਹ ਤੇ ਹੁਣ ਖੁਸ਼ ਕਰਨ ਵਾਸਤੇ ਲੈ ਕੇ ਦੇਣੀ ਪੈਣੀ ਆ। ਉਹਨੂੰ ਕਿ ਗੁੱਸਾ ਨਾ ਕਰ ਤੂੰ, ਇਹਨੇ ਸਾਡਾ ਟੱਬਰ ਆ ਜਿਹੜਾ ਖਿਲਾਰ ਕੇ ਸੁੱਟ ਦੇਣਾ ਵਾ। ਮੇਰੀ ਗੱਲ ਸੁਣ, ਤੂੰ ਕਿਸੇ ਤਰੀਕੇ ਨਾਲ 10 ਦਿਨ ਕੱਢਣੇ ਆ ਤੁਸੀਂ। ਤੁਸੀਂ ਉਹਨੂੰ ਮਾੜਾ ਚੰਗਾ ਨਹੀਂ ਕਹਿਣਾ। ਮੈਂ ਤਾਂ ਕੋਈ ਉੱਚੀ ਨੀਵੀਂ ਗੱਲ ਕਰਦੀ ਨਹੀਂ ਆ, ਜਿੱਦਾਂ ਵੀ ਕਰਦੀ ਮੈਂ ਤਾਂ ਜਰੀ ਜਾਂਦੀ ਆ। ਕੱਲ ਨੂੰ ਭਾਜੀ ਨੂੰ ਫੋਨ ਕਰੂਗੀ ਵੀ ਮੈਂ ਏਦਾਂ ਇੱਥੇ ਰਹਿਣੀ ਆ ਤੇ ਏਦਾਂ ਦੇ ਕਈ ਗੱਲਾਂ ਬਾਤਾਂ ਵਾ। ਉਹਨੂੰ ਪਰਾਉਣੇ ਨੂੰ ਕੀ ਕਰਨੂੰ ਗੱਲਾਂ ਦੱਸਣੀਆਂ? ਉਹਨੂੰ ਤੇ ਨਹੀਂ ਦੱਸਣੀਆਂ, ਤੇ ਮਾੜਾ ਮੋਟਾ ਜਿਹਾ ਹੂੰ ਹਾਂ ਕਰ ਛੱਡਿਆ ਕਰ ਵੀ ਠੀਕ ਆ ਠੀਕ ਆ, ਕੋਈ ਗੱਲ ਨੀ। ਮੈਂ ਤੇ ਫੇਰ ਪੁੱਛਿਆ, 2 ਦਿਨ ਹੋ ਗਏ ਮੈਂ ਤੇ ਹੂੰ ਹਾਂ ਕਰਕੇ ਫਿਰ ਟਾਈਮ ਪਾਸ ਕਰਨ ਦੀ। ਚੱਲ ਕੋਈ ਨੀ, 10 ਦਿਨ ਰਹਿਣਾ ਵਾ ਉਹਨੇ, ਹੁਣ ਕਰੋ ਕਿਸ ਤਰੀਕੇ ਨਾਲ ਟਾਈਮ ਪਾਸ। ਉਰਿਆ ਪੁੱਤ ਮੇਰਾ ਗੱਲ ਸੁਣ ਮੇਰੀ, ਭੂਆ ਦੀ ਗੱਲ ਦਾ ਗੁੱਸਾ ਨੀ ਗਾ ਕਰਨਾ। ਜੇ ਕੁੜੀ ਨੂੰ ਚੂੜੀਆਂ ਲਿਆ ਕੇ ਦਿੱਤੀਆਂ ਵਾ ਨਾ ਤੇ ਕੋਈ ਗੱਲ ਨੀ, ਉਹਨੇ ਤੈਨੂੰ ਵੀ ਲਿਆ ਕੇ ਦੇਣੀਆਂ, ਉਹਨੂੰ ਨੀ ਗਾ ਰਿਹਾ ਚੇਤਾ। ਤੇ ਤੈਨੂੰ ਮੈਂ ਮੱਸਿਆ ਤੋਂ ਕੜਾ ਲੈ ਦੂੰਗਾ ਚਾਹੇ ਵੇਖ ਕੇ ਚੰਗਾ, ਤੇ ਤੂੰ ਗੁੱਸਾ ਨੀ ਗਾ ਕਰਨਾ ਤੇ ਨਾ ਭੂਆ ਨੂੰ ਮਾੜਾ ਹੀ ਕਹਿਣਾ ਵਾ। ਹੈਂ, ਉਹਨੇ 10 ਦਿਨ ਰਹਿਣਾ ਵਾ ਤੇ ਉਹਦੀ ਸੇਵਾ ਪਾਣੀ ਕਰੋ। ਹੈਂ, ਤੇ ਭੈਣ ਨਾਲ ਵੀ ਨੀ ਗਾ ਲੜਨਾ ਵੀ ਤੈਨੂੰ ਚੂੜੀਆਂ ਦਿੱਤੀਆਂ ਮੈਨੂੰ ਕੁਝ ਮਿਲਿਆ ਨੀਗਾ। ਹੈਂ, ਚੱਲ ਠੀਕ ਆ, ਪੜ ਲਾ ਮੇਰਾ ਪੁੱਤ। ਭੈਣ ਜੀ, ਹਨੇਰਾ ਹੋਣ ਡਿਆ, ਲਿਆਵਾਂ ਰੋਟੀ ਹੁਣ? ਚਲੋ ਲੈ ਆ, ਟਾਈਮ ਨਾਲ ਖਾਧੀ ਚੰਗੀ ਆ, ਮੁੱਕੇ ਪਚ ਜੂਗੀ। ਚਲੋ ਆ, ਮੈਂ ਹੱਥ ਧਵਾ ਦਾ ਤੁਹਾਡੇ। ਮੈਂ ਹੁਣ ਉੱਥੇ ਕੀ ਜਾਣਾ ਨਲਕੇ ਤੇ, ਉਹ ਪਾਣੀ ਲਿਆ ਕੇ ਇੱਥੇ ਧਵਾ ਦੇ। ਲਿਆਉਣੀ ਆ। ਹਾਏ ਹਾਏ, ਇਹ ਤਾਂ ਮੈਨੂੰ ਆਉਂਦਾ ਉੱਚਾ ਨਹੀਂ ਵਾ ਨਾ ਬੋਲੀ, ਉੱਠ ਕੇ ਤੇ ਨਲਕੇ ਤੋਂ ਹੱਥ ਵੀ ਨਹੀਂ ਧੋ ਸਕਦੀ। ਅਸੀਂ ਚੰਗੇ ਸੌਖੇ ਆ। ਹੱਥ ਨਹੀਂ ਹੁੰਦੀ ਮੰਜੀਆਂ ਤੇ ਧਵਾਓ। ਲੈ ਭੈਣ ਜੀ, ਹੱਥ ਧੋਲੋ, ਹੱਥ ਧੋਲੋ। ਸੰਦੀਪ, ਰੋਟੀ ਤੇ ਮੈਨੂੰ ਲਿਆ ਦੇ, ਤੇ ਨਿਆਣਿਆਂ ਨੂੰ ਕਹਿ ਪਿਆ ਹਲੇ ਰਹਿ ਰਾਸਤਾ ਪਾਠ ਜ਼ਰੂਰ ਕਰਨ, ਫੇਰ ਰੋਟੀ ਖਾਣੀ ਚਾਹੀਦੀ ਆ। ਆਉਂਦੇ ਭੈਣ ਜੀ, ਇੱਥੇ ਖਲੋਤੇ ਆ, ਮੈਂ ਘੱਲਦੀ ਉਹਨਾਂ ਨੂੰ ਇੱਥੇ ਇੱਥੇ ਨੁੱਕਰਾਂ 'ਚ ਲੱਗ ਕੇ ਖਲੋਣ ਨਾਲ ਇਹਨਾਂ ਨੂੰ ਗੁਰਦੁਆਰੇ ਘੱਲਿਆ ਕਰ ਰੋਜ਼। ਨਵੇਂ ਨਵੇਂ ਆਏ ਨਾ ਭੈਣ ਜੀ, ਬਗਾਨਾ ਪਿੰਡ ਵਾ, ਚੱਲ ਤੇ ਆਪੇ ਗਿੱਜ ਜਾਣਾ। ਕਵੇਂਗੀ ਤੇ ਆਦਤ ਪਊਗੀ ਨਿਆਣਿਆਂ ਨੂੰ, ਜਾਣਗੇ। ਚੱਲ ਠੀਕ ਆ, ਲਿਆ ਰੋਟੀ। ਜਾ ਪੁੱਤ, ਭੂਈ ਆਪਣੀ ਨੂੰ ਰੋਟੀ ਫੜਾ। ਅੰਮੀ ਪਾਤੀ ਰੋਟੀ ਮੈਂ ਫੜਾ। ਭੂਈ ਰੋਟੀ ਖਾ ਲੋ। ਪੁੱਤ ਤੂੰ ਫੇਰ ਦਾਲ ਲੈ ਆਈ ਆ, ਮੈਂ ਤੈਨੂੰ ਕਿਹਾ ਸੀ ਕਿ ਮੈਂ ਦਾਲ ਨਹੀਂ ਰਾਤ ਖਾਣੀ, ਤੇ ਮੈਨੂੰ 4 ਨਾਲ 2 ਫੁਲਕੇ ਲਿਆ ਦੇ। ਲੈ ਜਾ ਦਾਲ। ਲਿਆ ਦੇ। ਪੁੱਤ ਰੋਟੀ ਵਾਪਸ ਲਿਆਈ, ਭੂਈ ਨੂੰ ਦੇ ਕੇ ਨਹੀਂ ਆਈ। ਮੰਮੀ ਭੂਈ ਦੱਸਾਂ ਕੀ ਆਂਦੀ? ਭੂਈ ਆਂਦੀ ਮੈਂ ਨਹੀਂ ਦਾਲ ਨਾਲ ਰੋਟੀ ਖਾਣੀ, ਮੈਨੂੰ 4 ਨਾਲ ਰੋਟੀ ਲਿਆ ਦੇ। ਹਾਏ ਹਾਏ, 4 ਨਾਲ ਰੋਟੀ ਕਿੱਦਾਂ ਖਾਊਗੀ? ਮੈਨੂੰ ਨਹੀਂ ਪਤਾ ਮੰਮੀ ਭੂਈ ਕੀ ਕਰਦੀ ਆ। ਹਾਲੇ ਤੇ 2 ਦਿਨ ਹੋਏ ਆਈ ਨੂੰ, 10 ਦਿਨ ਮੈਂ ਕਿੱਦਾਂ ਕੱਢਣੇ ਇਹਦੇ ਨਾਲ? ਪਤਾ ਨਹੀਂ ਮੰਮੀ, ਹੁਣ ਦੇ ਦੋ ਤੁਸੀਂ 4 ਨਾਲ ਹੀ ਦੇ ਦੋ ਵਿਚਾਰੀ ਨੂੰ। ਖਾ ਲੇ ਫਿਰ 4 ਨਾਲ ਹੀ, ਅਸੀਂ ਹੁਣ ਦੱਸ ਕੀ ਕਰੀਏ? ਮੈਂ ਤੇ ਐਸੇ ਕਰਕੇ ਮੁੰਡਾ ਵੀ ਘੱਲਿਆ ਸੀ ਅੱਡੇ ਚ, ਭਾਈ ਨਹੀਂ ਆਇਆ।
ਚੱਲ ਮੰਮੀ ਹੁਣ ਦੇ ਦੇ ਸਵੇਰੇ ਸਬਜ਼ੀ ਬਣਾ ਕੇ ਖਵਾ ਦਾਂਗੇ ਉਹਨੂੰ ਤੋਰੀਆਂ ਦੀ। ਕੋਈ ਪਾਣੀ ਪੀ ਲੋ। ਪੁੱਤ ਮੈਂ ਤੈਨੂੰ ਦੱਸਾਂ ਮੈਂ ਪਾਣੀ ਨਹੀਂ ਗਾ ਪੀਣਾ। ਮੈਂ ਰੋਟੀ ਤੋਂ ਬਾਅਦ ਚ ਪਾਣੀ ਨਹੀਂ ਪੀਂਦੀ। ਕਿਉਂ ਭੂਈ? ਰੋਟੀ ਖਾਣ ਤੋਂ ਬਾਅਦ ਚ ਮੈਂ ਕਦੀ ਪਾਣੀ ਨਹੀਂ ਪੀਤਾ। ਰੋਟੀ ਛੇਤੀ ਪਚ ਜਾਂਦੀ ਆ। ਦੋ ਫੁਲਕੇ ਮੈਂ ਚਾਰ ਨਾਲ ਖਾਣੇ ਖਾ ਲਏ ਆ। ਤੂੰ ਏਦਾਂ ਕਰ ਰੱਖਦੀ ਮੇਰੇ ਸਿਰਹਾਣੇ ਜਦੋਂ ਮੇਰਾ ਜੀ ਕਰੂ ਮੈਂ ਰਾਤ ਨੂੰ ਪੀ ਲੂੰਗੀ। ਠੀਕ ਆ ਭੂਈ। ਭੈਣ ਜੀ ਲਿਆਓ ਮੰਜੀ ਆਓ ਉੱਥੇ ਡਾ ਦਿਓ ਬਿਸਤਰਾ ਵਸਾ ਦਾ। ਪੱਖਾ ਹੈਗਾ ਵਾ? ਹੈਗਾ ਪੱਖਾ ਹੈਗਾ। ਚੱਲ ਡਾ ਦੇ ਮੈਨੂੰ ਤੇ ਨੀਂਦ ਹੀ ਨਹੀਂ ਆਉਣੀ। ਕਿਤੇ ਗੁੜਗੁੜੇ ਤੇ ਮੱਛਰ ਵਾ ਇੱਥੇ ਦੇ ਨਾ ਇਹ ਜਾਈਏ ਤਾਂ ਵੀ ਨਹੀਂ ਸਰਦਾ। ਕਹਿਣਾ ਕੋਈ ਮਗਰ ਆਇਆ ਨਹੀਂ ਆ ਮਿਲਣ ਗਿਲਣ ਤੇ ਪਰ ਮੇਰਾ ਰਿਹਾ ਇੱਥੇ ਸਰਨ ਵੀ ਨਹੀਂ ਡਿਆ। ਹਾਂ ਮਾਨ ਤਾਂ ਮੰਜੀ ਇਹਦੇ ਤੇ ਨਖਰੇ ਨਹੀਂ ਚੁੱਕੇ ਜਾਣ ਦੇ। ਕੀ ਪਤਾ ਮੰਮੀ ਕੀ ਕਰਦੀ ਆ ਭੂਆ ਵੀ ਜੇ ਤੂੰ ਆਈ ਆ ਵੀ ਤੂੰ ਸਾਡੀ ਗਰੀਬੀ ਵੇਖ ਲਾ ਤੇ ਸਾਡੀ ਗਰੀਬੀ ਵੀ ਨਹੀਂ ਵੇਖਣ ਦੀ। ਪੁੱਤ ਤੁਸੀਂ ਇਹ ਨਹੀਂ ਗੱਲ ਨਹੀਂ ਕਹਿਣੀ। ਚੁੱਪ ਕਰਕੇ ਦਿਨ ਕੱਟੋ ਆਪਣੇ। ਉਹ ਤੇ ਮੰਮੀ ਆਪਾਂ ਕੱਟ ਹੀ ਲੈਣੇ ਆ ਪਰ ਸਾਨੂੰ ਗੱਲਾਂ ਨਹੀਂ ਸੁਣਨੀਆਂ ਵਧੀਆ ਲੱਗਣ ਦੀਆਂ।